ਸਤਿ ਸ਼੍ਰੀ ਅਕਾਲ ਦੋਸਤੋ, ਡਰਮਨ ਕਿੰਗ ਪ੍ਰਦੀਪ ਗੱਲ ਯੂਟਿਊਬ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਸੋ ਅੱਜ ਅੱਖਾਂ 'ਤੇ ਪੱਟੀ ਬੰਨ੍ਹ ਕੇ ਜਿਹੜੀ ਕਿ ਪੱਗ ਬੰਨਾਂਗੇ ਆਪਾਂ, ਪੱਗ ਦੀ ਲੈਂਥ ਆ ਜੋ 5.5 ਮੀਟਰ, ਅਤੇ ਬਹੁਤ ਸਾਰੇ ਵੀਰ ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਾ ਲੈਣਗੇ ਕਿ ਪੱਗ ਬੰਨਣ ਦੇ ਲਈ ਆਪਾਂ ਨੂੰ ਜੋ ਕਿ ਪ੍ਰੈਕਟਿਸ ਆ ਉਹ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਰੋਜ਼ਾਨਾ ਪ੍ਰੈਕਟਿਸ ਕਰਦੇ ਹੋ ਡੇਲੀ ਵਧੀਆ 5-7 ਵਾਰ, ਜਿਹੜੀ ਕਿ ਸਟਾਰਟਿੰਗ ਦੇ ਵਿੱਚ ਬਿਗਨਰ ਬੰਦੇ ਨੂੰ 5-7 ਵਾਰ ਪੱਗ ਜ਼ਰੂਰ ਡੇਲੀ ਬੰਨਣੀ ਚਾਹੀਦੀ ਆ, ਅਤੇ ਬਾਅਦ ਵਿੱਚ ਜਦੋਂ ਹੱਥ ਆਪਣਾ ਇੱਕ ਜਗ੍ਹਾ ਟਿਕ ਜਾਂਦਾ ਗਾ ਤਾਂ ਫਿਰ ਤੁਸੀਂ ਬਿਨਾਂ ਸ਼ੀਸ਼ੇ ਦੇ ਉੱਤੋਂ ਵੀ ਜਿਹੜੀ ਕਿ ਪੱਗ ਆ ਦਸਤਾਰ ਆ ਉਹ ਸਜਾ ਸਕਦੇ ਹੋ। ਸੋ ਤੁਸੀਂ ਦੇਖ ਸਕਦੇ ਹੋ ਆਪਾਂ ਪਹਿਲਾ ਲਾੜ ਆ ਜਿਹੜਾ ਕਿ ਇਸ ਟਾਈਮ ਲਗਾਇਆ, ਇਸ ਤੋਂ ਬਾਅਦ ਦੂਸਰਾ ਲਾੜ ਹਲਕੇ ਹਲਕੇ ਬਾਟ ਆ ਜੋ ਉਹ ਵੀ ਆਪਾਂ ਹਲਕੇ ਹਲਕੇ ਇਸੇ ਤਰੀਕੇ ਦੇ ਨਾਲ ਨਾਲ ਦੀ ਨਾਲ ਪਾਈ ਜਾਵਾਂਗੇ। ਅਤੇ ਸੋ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਬਾਅਦ ਇੱਕ ਲੜ ਜਿਹੜਾ ਕਿ ਜਦੋਂ ਆਪਣਾ ਹੱਥ ਆ ਜਿਹੜਾ ਕਿ ਟਿਕ ਜਾਂਦਾ ਗਾ ਫਿਰ ਆਪਾਂ ਵਧੀਆ ਅੱਖਾਂ 'ਤੇ ਪੱਟੀ ਬੰਨ੍ਹ ਕੇ ਜਾਂ ਬਿਨਾਂ ਸ਼ੀਸ਼ੇ ਤੋਂ ਵੀ ਜਿਹੜੀ ਦਸਤਾਰ ਆ ਉਹ ਸਜਾ ਸਕਦੇ ਹਾਂ। ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਅੱਜ ਦੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਵੀ ਵੀਰ ਜਿਹੜੇ ਕਿ ਦਸਤਾਰ ਬੰਨ੍ਹਣੀ ਚਾਹੁੰਦੇ ਆ, ਸਿੱਖਣੀ ਚਾਹੁੰਦੇ ਆ, ਅਤੇ ਉਹ ਮੋਟੀਵੇਟ ਵੀ ਜ਼ਰੂਰ ਹੋਣ ਵੀਡੀਓ ਨੂੰ ਦੇਖ ਕੇ, ਔਰ ਉਹਨਾਂ ਤੱਕ ਵੀ ਆਪਣੇ ਚੈਨਲ ਆ ਜੋ ਜ਼ਰੂਰ ਪਹੁੰਚੇ ਤਾਂ ਕਿ ਆਪਣੇ ਚੈਨਲ ਦੀਆਂ ਵੀਡੀਓ ਦੇਖ ਕੇ ਉਹ ਜਿਹੜਾ ਕਿ ਦਸਤਾਰ ਸਜਾਉਣੀ ਵਧੀਆ ਤਰੀਕੇ ਨਾਲ ਸਿੱਖ ਸਕਣ। ਸੋ ਤੁਸੀਂ ਜਦੋਂ ਪ੍ਰੈਕਟਿਸ ਦੇ ਨਾਲ ਜਿਹੜਾ ਕਿ ਵਧੀਆ ਦਸਤਾਰ ਆ ਜਿਹੜੀ ਉਹ ਫਿਰ ਹੀ ਤੁਸੀਂ ਸਜਾ ਸਕਦੇ ਹੋ। ਬਹੁਤ ਸਾਰੇ ਵੀਰਾਂ ਨੂੰ ਪੱਗ ਦੀ ਸ਼ੇਪ ਦੇ ਰਿਗਾਰਡਿੰਗ ਜਿਹੜੀ ਕਿ ਪ੍ਰੋਬਲਮ ਆਉਂਦੀ ਆ, ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਵੀਡੀਓ ਵੀ ਲੈ ਕੇ ਆ ਰਹੇ ਹਾਂ ਜਿਸ ਦੇ ਨਾਲ ਤੁਸੀਂ ਪੱਗ ਦੀ ਸ਼ੇਪ ਦੇ ਵਿੱਚ ਸੁਧਾਰ ਜਿਹੜੇ ਕਿ ਕਰ ਸਕਦੇ ਹੋ। ਔਰ ਜਿਹੜੇ ਇਸ ਤੋਂ ਇਲਾਵਾ ਤੁਸੀਂ ਜਦ ਡੇਲੀ ਪ੍ਰੈਕਟਿਸ ਕਰੋਗੇ ਹੌਲੀ ਹੌਲੀ ਹੱਥ ਜਿਹੜਾ ਕਿ ਉਹ ਤੁਹਾਡਾ ਟਿਕ ਜਾਵੇਗਾ। ਹਲਕੀ ਹਲਕੀ ਸੈਟਿੰਗ ਪੱਗ ਦੀ ਉਹ ਆਪਾਂ ਨੂੰ ਗੋਲ ਕਰਨ ਦੇ ਲਈ, ਇੱਕ ਵਾਰ ਜਦੋਂ ਤੁਸੀਂ ਦੇਖੋ ਹੱਥ ਟਿਕ ਜਾਂਦੇ ਨੇ ਅਤੇ ਕਿਸੇ ਵੀ ਤਰੀਕੇ ਨਾਲ ਤੁਸੀਂ ਜਿਹੜੇ ਕਿ ਦਸਤਾਰ ਆ ਉਹ ਸਜਾ ਸਕਦੇ ਹੋ। ਸਾਰੇ ਵੀਰਾਂ ਨੂੰ ਬੇਨਤੀ ਆ ਕਿ ਅੱਜ ਦੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਾਈਕ ਸ਼ੇਅਰ ਕਮੈਂਟ, ਅਤੇ ਚੈਨਲ ਨੂੰ ਜੇਕਰ ਤੁਸੀਂ ਚੈਨਲ ਦੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਕਿ ਹੋਰ ਵੀਡੀਓ ਉਹ ਤੁਹਾਡੇ ਤੱਕ ਪਹੁੰਚ ਸਕੇ। ਸੋ ਐਟ ਦੀ ਐਂਡ ਆਪਣੀ ਦਸਤਾਰ ਆ ਜੋ ਪ੍ਰੋਪਰਲੀ ਸਜਾਈ ਜਾ ਚੁੱਕੀ ਆ, ਅਤੇ ਆਪਾਂ ਜੋ ਅੱਖਾਂ ਕਵਰ ਕੀਤੀਆਂ ਹੋਈਆਂ ਉਹ ਹੁਣ ਲਾਸਟ ਦੇ ਉੱਤੇ ਖੋਲ੍ਹਾਂਗੇ ਲੜ ਨੂੰ, ਅਤੇ ਤਾਂ ਕਿ ਬਾਅਦ ਦੇ ਵਿੱਚ ਸਿਰ ਜਿਹੜਾ ਕਿ ਆਪਾਂ ਕਵਰ ਕਰ ਸਕੀਏ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਵੀ ਪੱਗ ਜਾਂ ਪਰਨਾ ਬੰਨਦੇ ਟਾਈਮ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਾਂ ਫਿਰ ਇੰਸਟਾਗ੍ਰਾਮ ਆਈ ਡੀ 'ਤੇ ਮੈਸੇਜ ਕਰਕੇ ਦੱਸ ਸਕਦੇ ਹੋ। ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜ਼ਰੂਰ ਵੀਡੀਓ ਪਾਵਾਂਗੇ। ਫ੍ਰੀ ਸਟਾਈਲ ਵਟਾਂ ਵਾਲੀ ਪੱਗ ਤੁਸੀਂ ਦੇਖੋ ਕੰਪਲੀਟਲੀ ਜਿਹੜੀ ਕਿ ਬੰਨ੍ਹੀ ਜਾ ਚੁੱਕੀ। ਸੋ ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਧੰਨਵਾਦ।